ਸਭ ਤੋਂ ਪਹਿਲਾਂ ਸਾਰੇ ਭਗਤਾਂ ਨੂੰ ਜੈ ਮਾਤਾ ਦੀ। ਸ਼੍ਰੀ ਦੁਰਗਾ ਭਜਨ ਮੰਡਲੀ ਨਿਹਾਲ ਸਿੰਘ ਵਾਲਾ ਵੱਲੋਂ ਅੱਜ ਜੋ ਮੀਟਿੰਗ ਰੱਖੀ ਹੈ, ਇਸ ਦੇ ਵਿੱਚ ਸਾਰੇ ਹੀ ਦੁਰਗਾ ਭਜਨ ਮੰਡਲੀ, ਸਾਰੇ ਮੰਡੀ ਨਿਵਾਸੀਆਂ ਦਾ ਅਤੇ ਜਿੰਨਾ ਵੀ ਭਗਤਾਂ ਨੇ ਸਾਡਾ ਸਹਿਯੋਗ ਦਿੱਤਾ, ਜਿੰਨੇ ਵੀ ਭਗਤ ਜਾਗਰਣ ਦੇ ਵਿੱਚ ਆਏ, ਇਸ ਜਾਗਰਣ ਨੂੰ ਸਫਲ ਬਣਾਇਆ, ਉਸ ਵਾਸਤੇ ਅਸੀਂ ਤਹਿ ਦਿਲੋਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸਾਰੇ ਮੰਡੀ ਨਿਵਾਸੀਆਂ ਦਾ, ਬਾਹਰੋਂ ਆਏ ਸੱਜਣਾ ਮਿੱਤਰਾਂ ਦਾ। ਸ਼੍ਰੀ ਦੁਰਗਾ ਭਜਨ ਮੰਡਲੀ ਮਹਾਮਾਈ ਚਿੰਤਪੁਰਨੀ ਦੀ ਕਿਰਪਾ ਦੇ ਨਾਲ ਅੱਗੇ ਤੋਂ ਵੀ ਮਹਾਮਾਈ ਦਾ ਜਾਗਰਣ ਇਸੇ ਤਰ੍ਹਾਂ ਕਰਾਵਾਂਗੇ ਅਤੇ ਅਸੀਂ ਇਹ ਚਾਹੁੰਦੇ ਹਾਂ ਕਿ ਸਾਰੀ ਮੰਡੀ ਸਾਡਾ ਸਹਿਯੋਗ ਦੇਵੇ, ਸਾਨੂੰ ਜਾਗਰਣ ਕਰਾਉਣ ਦੇ ਵਿੱਚ ਹੌਸਲਾ ਅਫਜਾਈ ਕਰੇ। ਸੰਗਤ ਆ ਜਿਹੜੀ ਕਹਿ ਗਈ ਬਹੁਤ ਜ਼ਿਆਦਾ ਗਿਣਤੀ ਹੋ ਗਈ ਅਤੇ ਬਹੁਤ ਸਾਰੀ ਸੰਗਤ ਨੂੰ ਕਹਿੰਦੀ ਲੰਗਰ ਦੀ ਸਮੱਸਿਆ ਆਈ ਹੈ, ਉਹਦਾ ਕਾਰਨ ਦੱਸ। ਇਹ ਜੀ ਮਹਾਮਾਈ ਦੀ ਕਿਰਪਾ ਹੋਈ ਹੈ, ਸਾਡੀ ਸੋਚ ਤੋਂ ਵੀ ਵੱਧ ਕੇ ਮੰਡੀ ਨਿਵਾਸੀਆਂ ਅਤੇ ਸਾਰੇ ਭਗਤਾਂ ਨੇ ਬਹੁਤ ਜ਼ਿਆਦਾ ਸਹਿਯੋਗ ਦਿੱਤਾ। ਮਿਨੀਮਮ ਸਾਡਾ ਅਨੁਮਾਨ ਸੀ ਵੀ 3500 ਤੋਂ 4000 ਦੀ ਗਿਣਤੀ ਭਗਤਾਂ ਦੀ ਹੋਊਗੀ, ਪਰ ਗਿਣਤੀ 8-9 ਹਜ਼ਾਰ ਤੋਂ ਵੀ ਵੱਧ ਗਈ, ਇਸ ਕਰਕੇ ਥੋੜ੍ਹੀ ਜਿਹੀ ਪ੍ਰੋਬਲਮ ਆਈ ਹੈ। ਬਾਕੀ ਅੱਗੇ ਤੋਂ ਸਾਰੀ ਹੀ ਮੰਡਲੀ ਇਸ ਵਿਸ਼ੇ 'ਤੇ ਵਿਚਾਰ ਕੀਤਾ ਕਿ ਅਸੀਂ ਲੰਗਰ ਉਸ ਹਿਸਾਬ ਨਾਲ ਵਧੀਆ ਤਰੀਕੇ ਨਾਲ ਲਾਵਾਂਗੇ ਤਾਂ ਜੋ ਕਿਸੇ ਨੂੰ ਵੀ ਕੋਈ ਪ੍ਰੋਬਲਮ ਨਾ ਆਵੇ। ਸਾਡੀ ਮੰਡਲੀ ਵੱਲੋਂ, ਸ਼੍ਰੀ ਦੁਰਗਾ ਭਜਨ ਮੰਡਲੀ ਵੱਲੋਂ ਕਿਸੇ ਨੂੰ ਵੀ ਆਪਣੇ ਮਨ ਵੱਲੋਂ ਜਾਂ ਗਲਤ ਸ਼ਬਦ ਲੱਗਿਆ ਤਾਂ ਅਸੀਂ ਮਾਫ਼ੀ ਚਾਹੁੰਦੇ ਹਾਂ ਅਤੇ ਸਾਰੀ ਮੰਡੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਸਭ ਭਗਤਾਂ ਨੂੰ ਜੈ ਮਾਤਾ ਦੀ। ਸ਼੍ਰੀ ਦੁਰਗਾ ਭਜਨ ਮੰਡਲੀ ਵੱਲੋਂ ਜੋ 43ਵਾਂ ਸਾਲਾਨਾ ਝੰਡਾ ਦੇ ਜਾਗਰਣ ਕੀਤਾ ਗਿਆ ਪਾਰਕ ਦੇ ਵਿੱਚ, ਉਸ ਸੰਬੰਧ ਦੇ ਵਿੱਚ ਮਾਤਾ ਦੇ ਭਗਤ ਜੀ ਨੇ ਵੀ ਨਿਹਾਲ ਸਿੰਘ ਵਾਲੇ ਦੇ ਸਾਡਾ ਲੰਗਰ ਸਹਿਯੋਗ ਦਿੱਤਾ, ਸਾਨੂੰ ਦਾਨ ਖੁੱਲ੍ਹ ਕੇ ਦਿੱਤਾ ਜਿਹਨਾਂ ਭਗਤਾਂ ਨੇ, ਜਿਹੜੇ ਭਗਤ ਸਾਡੇ ਜਰਾਤੇ ਦੇ ਵਿੱਚ ਪਹੁੰਚੇ, ਸਾਡੀ ਰੌਣਕ 'ਚ ਵਾਧਾ ਕੀਤਾ ਜਰਾਤੇ ਦੇ, ਉਹਨਾਂ ਸਾਰਿਆਂ ਦਾ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਹਾਂ, ਸ਼ੁਕਰੀਆ ਅਦਾ ਕਰਦੇ ਹਾਂ ਸ਼੍ਰੀ ਦੁਰਗਾ ਭਜਨ ਮੰਡਲੀ ਵੱਲੋਂ। ਔਰ ਜੋ ਕੋਈ ਇਸ ਗੱਲ ਦੀ ਵਿੱਚ ਸਾਡੇ ਦੇ ਕਿਸੇ ਨੂੰ ਕੋਈ ਨਾਰਾਜ਼ਗੀ ਹੋਵੇ, ਕਿਸੇ ਵੀ ਗੱਲ ਦੀ ਸਾਡੀ ਕੋਈ ਗਲਤੀ ਹੋ ਗਈ ਹੋਵੇ, ਕਿਸੇ ਭਗਤ ਨਾਲ ਵੀ ਕੋਈ ਸਾਡਾ ਭਗਤ ਸਾਡੀ ਮੰਡਲੀ ਦਾ ਮੈਂਬਰ ਕੋਈ ਕਿਸੇ ਨੂੰ ਕੋਈ ਗਲਤ ਬੋਲਿਆ ਹੋਵੇ ਸ਼ਬਦ, ਉਹਦੇ ਵਾਸਤੇ ਅਸੀਂ ਸਾਰੀ ਮੰਡੀ ਨਿਹਾਲ ਸਿੰਘ ਵਾਲਾ ਤੋਂ ਮਾਫ਼ੀ ਚਾਹੁੰਦੇ ਹਾਂ। ਹਰ ਤਰ੍ਹਾਂ ਦੀ ਅਸੀਂ ਆਪਦੇ ਵੱਲੋਂ ਅਗਲੇ ਸਾਲ ਵੀ ਇਸੇ ਤਰ੍ਹਾਂ ਵੱਧ ਚੜ੍ਹ ਕੇ ਇਸ ਤੋਂ ਹੀ ਵਧੀਆ ਵੱਧ ਚੜ੍ਹ ਕੇ ਯਾਤਰਾ ਕਰਾਂਗੇ ਅਤੇ ਜੋ ਕੋਈ ਇਸ ਵਾਰ ਕੋਈ ਤਰੁੱਟੀ ਰਹਿ ਗਈ ਤਾਂ ਉਹ ਅਗਲੀ ਵਾਰ ਨਹੀਂ ਰਹਿਣ ਦੇਵਾਂਗੇ। ਉਹ ਮਹਾਮਾਈ ਦੀ ਕਿਰਪਾ ਦੇ ਨਾਲ ਅਸੀਂ ਕੌਣ ਕਰਨ ਵਾਲੇ, ਅਤੇ ਸਾਨੂੰ ਮੰਡੀ ਦਾ ਸਹਿਯੋਗ ਚਾਹੀਦਾ ਅਤੇ ਸਾਨੂੰ ਮਹਾਰਾਣੀ ਚਿੰਤਪੁਰਨੀ ਦਾ ਸਹਿਯੋਗ ਚਾਹੀਦਾ। ਇਹਨਾਂ ਦੇ ਸਹਿਯੋਗ ਦੇ ਨਾਲ ਅਸੀਂ ਅਗਲਾ 44ਵਾਂ ਝੰਡਾ ਵੀ ਬੜੀ ਧੂਮਧਾਮ ਨਾਲ ਬਣਾਵਾਂਗੇ ਅਤੇ ਮਹਾਮਾਈ ਦੀ ਕਿਰਪਾ ਚਾਹੀਦੀ ਆ ਅਤੇ ਸਾਡੇ ਸ਼ਹਿਰ ਨਿਵਾਸੀਆਂ ਦੀ ਸਾਡੇ 'ਤੇ ਕਿਰਪਾ ਚਾਹੀਦੀ। ਸ਼੍ਰੀ ਦੁਰਗਾ ਭਜਨ ਮੰਡਲੀ ਵੱਲੋਂ ਸਾਡੇ ਬਹੁਤ ਹੀ ਪਿਆਰੇ ਮਿੱਤਰ ਜਗਵੀਰ ਆਜ਼ਾਦ ਜੇ ਵੀ ਇਸ ਟਾਈਮ ਵਾਲੇ, ਉਹ ਉਸ ਦਿਨ ਸਨਮਾਨ ਚੰਨ ਵੱਲੋਂ ਰਹਿ ਗਏ ਸੀ, ਅੱਜ ਉਹਨਾਂ ਨੂੰ ਸਨਮਾਨ ਚੰਨ ਦੇ ਕੇ ਸਾਨੂੰ ਬਹੁਤ ਖੁਸ਼ੀ ਹੋ ਰਹੀ ਹੈ। ਸਾਰੇ ਹੀ ਭਗਤ ਜਿੰਨੇ ਵੀ ਸਾਡੇ ਨਾਲ ਸਹਿਯੋਗ ਦਿੰਦੇ ਹਨ, ਅਸੀਂ ਉਹਨਾਂ ਦਾ ਬਹੁਤ ਹੀ ਆਦਰ ਮਾਣ ਕਰਦੇ ਹਾਂ। ਇਹ ਸਾਡਾ ਵੀਰ ਹੈ ਜੇ ਵੀ ਇਸ ਟਾਈਮ ਵਾਲਾ, ਇਸ ਲਈ ਅੱਜ ਸ਼੍ਰੀ ਦੁਰਗਾ ਭਜਨ ਮੰਡਲੀ ਇਸ ਨੂੰ ਵੀ ਸਨਮਾਨ ਚੰਨ ਦੇ ਕੇ ਇਸ ਦਾ ਹੌਸਲਾ ਅਫਜਾਈ ਕਰੇਗੀ। ਜੈ